ਦਾਨਿਸ਼ ਐਗਰੀਕਲਚਰ 'ਚ ਖੁਸ਼ ਆਮਦੀਦ। ਕੱਲ੍ਹ ਦਾ ਖਾਦਾਂ ਦੀ ਜਿਹੜੀ ਕੀਮਤ ਆ ਉਹਦੇ ਵਿੱਚ ਕੁਛ ਤਬਦੀਲੀ ਦੇਖੀ ਜਾ ਰਹੀ ਆ। ਅੱਜ ਮੀਆਂ ਚੰਨੂ ਗੱਲਾਂ ਮੰਡੀ ਦੇ ਅੰਦਰ ਖਾਦਾਂ ਕਿਸ ਰੇਟ 'ਤੇ ਮਿਲ ਰਹੀਆਂ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲੇ ਸੋਨਾ ਯੂਰੀਆ ਦੀ ਅਗਰ ਗੱਲ ਕੀਤੀ ਜਾਵੇ ਤਾਂ 4800 ਰੁਪਏ ਰੇਟ ਆ, 4800 ਰੁਪਈਆ। DAP ਜਿਹੜੀ ਸੋਨਾ ਦੀ ਆ ਉਹ 10600 ਰੁਪਈਆ। ਸਰ ਸਬਜ਼ ਜਿਹੜੀ DAP ਆ 10400, ਨਾਈਟਰੋਫਾਸ 7400 ਰੁਪਏ, 7400 ਰੁਪਏ, ਅਤੇ ਗੁਬਾਰਾ ਜਿਹੜੀ 4800 ਅਤੇ 50 ਰੁਪਈਏ। ਅਤੇ ਅੱਜ ਦੇ ਜਿਹੜੇ ਆ ਰੇਟ ਆ ਮੀਆਂ ਚੰਨੂ ਦੇ ਏਰੀਏ ਦੇ, ਹਰ ਇਲਾਕੇ 'ਚ ਮੁਖਤਲਿਫ ਰੇਟ ਹੁੰਦਾ, ਬਲਕਿ ਹਰ ਦੁਕਾਨਦਾਰ ਦਾ ਮੁਖਤਲਿਫ ਰੇਟ ਹੁੰਦਾ। ਕੱਲ੍ਹ ਜਿਹੜੀ ਯੂਰੀਆ ਨੀਮ ਕੋਟਿਡ ਸੀਗੀ ਉਹਦੀ ਕੀਮਤ ਦੇ ਅੰਦਰ ਇਜ਼ਾਫਾ ਕੀਤਾ ਗਿਆ, ਲੇਕਿਨ ਕਣਕ ਦੀ ਜਿਹੜੀ ਕੀਮਤ ਆ ਉਹ ਘੱਟ ਚੁੱਕੀ ਆ। ਕਣਕ ਇਸ ਵਕਤ ਤਕਰੀਬਨ 2600 ਰੁਪਏ ਤੱਕ ਟੋਪ ਰੇਟ 'ਤੇ ਫਰੋਖਤ ਹੋ ਰਹੀ ਆ, ਅਤੇ ਕਿਸਾਨ ਵਿਚਾਰਾ ਕਾਫੀ ਜ਼ਿਆਦਾ ਪਰੇਸ਼ਾਨ ਆ। ਬਾਕੀ ਹਕੂਮਤ ਨੂੰ ਚਾਹੀਦਾ ਵਾ ਕਿ ਜਿਸ ਤਰ੍ਹਾਂ ਅਨਾਜ ਦੀਆਂ ਕੀਮਤਾਂ ਅਗਰ ਘੱਟ ਕੀਤੀਆਂ ਤਾਂ ਇਸ ਕਿਸਾਨ ਦੇ ਇਸਤੇਮਾਲ ਦੀਆਂ ਜਿਹੜੀਆਂ ਚੀਜ਼ਾਂ ਵਾ ਉਹਨਾਂ ਦੇ ਰੇਟ ਵੀ ਘੱਟ ਕੀਤੇ ਜਾਣ। ਬਾਕੀ ਤੁਹਾਡੇ ਇਲਾਕੇ 'ਚ ਕੀ ਰੇਟ ਆ ਅਤੇ ਤੁਹਾਨੂੰ ਕਿਸ ਰੇਟ 'ਤੇ ਖਾਦ ਮਿਲਦੀ ਪਈ, ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।